ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜੋ ਆਪ ਜੀ ਨੂੰ ਭਲੀ ਪ੍ਰਕਾਰ ਪਤਾ ਹੈ, ਜੋ ਸੈਂਟਰ ਗੌਰਮੈਂਟ ਵੱਲੋਂ ਕਾਲੇ ਕਾਨੂੰਨ ਥੋਪੇ ਗਏ ਨੇ ਤਿੰਨ ਸਾਡੇ ਉੱਤੇ, ਉਹਨਾਂ ਨੂੰ ਰੱਦ ਕਰਾਉਣ ਵਾਸਤੇ ਜੋ ਚਾਰੇ ਬਾਰਡਰਾਂ 'ਤੇ ਜੋ ਕਿਸਾਨ ਸਿੰਘ ਸੰਗਤ ਦੇ ਰੂਪ ਵਿੱਚ ਬੈਠੇ ਨੇ, ਅਤੇ ਉਸ ਤੋਂ ਲੈ ਕੇ ਜੋ ਸਮੂਹ ਜਥੇਬੰਦੀਆਂ ਸੰਤ ਮਹਾਤਮਾ ਸਾਰੇ ਸਵਾਮਾਂ ਕਰ ਰਹੀਆਂ ਨੇ, ਉਸੇ ਕੜੀ ਦੇ ਤਹਿਤ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਮਾਏ ਨਾਜ ਹਸਤੀ ਸਤਿਕਾਰਯੋਗ ਸਿੰਘ ਸਾਹਿਬ ਜੀ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਤੀਜੇ ਮਰਦੇ ਮੁਜਾਹਿਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜੋ ਉਹਨਾਂ ਵੱਲੋਂ 2 ਦਸੰਬਰ ਤੋਂ ਲੈ ਕੇ 2 ਮੈਡੀਕਲ ਕੈਂਪ ਲੱਗੇ, 24 ਘੰਟੇ ਗੁਰੂ ਕਾ ਲੰਗਰ ਚੱਲ ਰਿਹਾ ਹੈ। ਮੋਟਰ ਇੱਥੇ ਬੋਰ ਕੀਤਾ ਗਿਆ ਪਾਣੀ ਵਾਸਤੇ, ਪਾਣੀ ਦੀ ਕਿੱਤ ਬੜੀ ਸੀ, ਬੜਾ ਮਹਿੰਗਾ ਪਾਣੀ ਪੈਂਦਾ ਸੀ, ਜੋ ਟੈਂਕਰ ਭਰ ਭਰ ਕੇ ਕਿਸਾਨ ਸਿੰਘ ਇੱਥੋਂ ਜਲ ਲੈ ਕੇ ਜਾਂਦੇ ਨੇ ਇਸ਼ਨਾਨ ਪਾਣੀ ਕਰਨ ਵਾਸਤੇ। ਦਸਤਾਰਾਂ ਦੇ ਲੰਗਰ, 24 ਘੰਟੇ ਲੰਗਰ ਨਾਲ ਮੈਡੀਕਲ ਕੈਂਪ, ਗੁਰੂ ਕੀ ਬਾਣੀ ਦੀ ਸੰਥਿਆ, ਇਹ ਸਾਰੀਆਂ ਸਵਾਮਾ ਸਿੰਘ ਸਾਹਿਬ ਜੀ ਸੰਗਤ ਦੇ ਸਹਿਯੋਗ ਨਿਭਾਈਆਂ ਜਾ ਰਹੀਆਂ ਨੇ। ਸੋ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਪਹਿਲਾਂ ਐਲੋਪੈਥੀ, ਆਯੁਰਵੈਦਿਕ, ਹੋਮਿਓਪੈਥਿਕ, ਇਹ 3 ਦਵਾਈਆਂ ਦੇ ਕੈਂਪ ਲੱਗੇ ਸੀ, ਹੁਣ ਐਲੋਪੈਥੀ ਹੈ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਤਿਗੁਰਾਂ ਨੇ ਮਹਾਨ ਕਿਰਪਾ ਸਾਡੇ ਉੱਤੇ ਕੀਤੀ ਹੈ, ਇੱਕ ਬੜੀ ਸੋਹਣੀ ਇੱਕ ਸਾਡੇ ਕੋਲ ਆਯੁਰਵੈਦਿਕ ਦਵਾਈ ਆਈ ਹੈ, ਉਹ ਗੁਰਮੁਖ ਪਿਆਰੇ ਸਾਡੇ ਕੋਲ ਦਵਾਈ ਲੈ ਕੇ ਪਹੁੰਚੇ ਨੇ। ਅਸੀਂ ਸਿੰਘ ਸਾਹਿਬ ਜੀ ਵੱਲੋਂ ਇੰਟਰਨੈਸ਼ਨਲ ਪੰਥਕ ਦਾ ਜਥੇਬੰਦੀ ਵੱਲੋਂ ਅਸੀਂ ਆਪ ਜੀ ਦਾ ਸਵਾਗਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜੀ ਆਇਆਂ ਨੂੰ, ਜੀ ਆਇਆਂ ਨੂੰ। ਅੱਛਾ ਜੀ, ਮਹਾਰਾਜ ਆਪ ਜੀ ਕਿੱਥੋਂ ਆਏ ਜੀ ਦੱਸੋ ਜੀ? ਆਪਾਂ ਤਾਂ ਨਜਬਗੜ੍ਹ ਤੋਂ ਆਏ ਹਾਂ। ਕਿਹੜਾ ਪਿੰਡ ਜੀ? ਨਜਬਗੜ੍ਹ ਤੋਂ। ਨਜਬਗੜ੍ਹ ਦਵਾਰਕਾ ਦੇ ਨਾਲ ਹੀ ਪੈਂਦਾ, ਦਵਾਰਕਾ ਦੇ ਨਾਲ ਆਏ ਜੀ। ਅਤੇ ਤੁਸੀਂ ਇਹ ਦਵਾਈ ਲੈ ਕੇ ਆਏ ਜੀ, ਇਹਦਾ ਕੀ ਫਾਇਦਾ ਹੈ? ਆਯੁਰਵੈਦਿਕ ਜਾਂ ਕਿਹੜੀ ਹੈ, ਕਿੱਥੋਂ ਮੰਗਣੀ? ਬਾਬਾ ਜੀ, ਆਪਣੀ ਜਿਹੜੀ ਫੈਕਟਰੀ ਆ, ਮਤਲਬ ਮੈਡੀਸਨ ਦੀ ਆ, ਬੇਸਿਕਲੀ ਡਾਇਟਰੀ ਸਪਲੀਮੈਂਟਸ ਹੈ। ਡਾਇਟਰੀ ਸਪਲੀਮੈਂਟਸ ਮੀਨ ਇੱਦਾਂ ਕਿ ਇਹ ਨਾ ਮੈਡੀਸਨ 'ਚ ਹੁੰਦੀ ਹੈ ਅਤੇ ਨਾ ਕੋਈ ਵੀ ਮੈਡੀਸਨ 'ਚ ਨਹੀਂ ਆਉਂਦੀ। ਠੀਕ ਹੈ ਜੀ। ਜਿੰਨੀ ਵੀ ਆਪਣੀ ਨੀਡ ਹੈ ਡੇਲੀ ਬੇਸ 'ਤੇ, ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੈ, ਕੋਈ ਵੀ ਔਰਗਨ ਆਪਣੇ ਜਿਹੜਾ ਵੀਕ ਹੋ ਜਾਂਦਾ ਬਿਕੋਜ਼ ਆਫ ਐਨੀ ਰੀਜ਼ਨ, ਕੋਈ ਵੀ ਡਿਸਐਡਵਾਂਟੇਜ ਆ ਜਾਂਦੇ ਨੇ, ਕੋਈ ਵੀ ਡੈਫੀਸ਼ੈਂਸੀ ਆ ਜਾਂਦੀ, ਕਮੀ ਆ ਜਾਂਦੀ ਹੈ, ਇਹ ਚੀਜ਼ਾਂ ਉਹਨਾਂ ਕਮੀਆਂ ਨੂੰ ਪੂਰੀ ਕਰਦੀ ਹੈ ਜੀ। ਜਿਵੇਂ ਜਿਵੇਂ ਕਮੀ ਪੂਰੀ ਹੁੰਦੀ ਜਾਏਗੀ, ਉੱਦਾਂ ਉੱਦਾਂ ਉਹ ਪ੍ਰੋਬਲਮ ਜਿਹੜੀ ਹੈ ਉਹ ਸੋਲਵ ਆਊਟ ਹੋ ਜਾਏਗੀ। ਮੇਨਲੀ ਮੈਡੀਸਨ ਨਹੀਂ ਹੈ, ਡਾਇਟਰੀ ਸਪਲੀਮੈਂਟਸ ਹੈ। ਡਾਇਟਰੀ ਸਪਲੀਮੈਂਟ, ਸਪਲੀਮੈਂਟਸ ਆ ਕੇ ਕੋਈ ਸਾਈਡ ਇਫੈਕਟਸ ਨਹੀਂ ਹੁੰਦੇ, ਸਮਟਾਈਮ ਮੈਡੀਸਨ ਦੇ ਸਾਈਡ ਇਫੈਕਟਸ ਹੁੰਦੇ ਨੇ, ਬਟ ਡਾਇਟਰੀ ਸਪਲੀਮੈਂਟ ਦਾ ਕੋਈ ਸਾਈਡ ਇਫੈਕਟ ਨਹੀਂ। ਜਸ ਲਾਈਕ ਫੂਡ, ਆਪਾਂ ਖਾਣਾ ਖਾਂਦੇ ਹਾਂ, ਖਾਣੇ ਦੀ ਜਿੰਨੀ ਵੀ ਆਪਾਂ ਨੂੰ ਤੱਤਵ ਚਾਹੀਦੀ ਉਹ ਸਾਰੇ ਮਿਲਦੇ ਨੇ, ਐਜ ਇਟ ਇਜ਼। ਇਹ ਚੀਜ਼ਾਂ ਨੇ ਇਹਦਾ ਮੇਨ, ਜਿੰਨੀ ਵੀ ਲੋੜ ਹੁੰਦੀ ਹੈ ਬੋਡੀ ਨੂੰ ਫਿਰ ਕੁਲਫੇ ਤੋਂ ਜਾਂਦੀ ਹੈ ਨਾਲੇ। ਦੱਸਾਂ ਕਿਹੜੀ ਕਿਹੜੇ ਰੋਗ 'ਤੇ ਕੰਮ ਆਉਂਦੀ ਹੈ? ਬਾਬਾ ਜੀ, ਕੋਈ ਵੀ ਰੋਗ ਹੋਇਆ, ਰੋਗ ਦੀ ਜਿਹੜੀ ਡੈਫੀਸ਼ੈਂਸੀ ਐਕਸਪੋਜ਼ ਕਰਦੇ ਹਾਂ, ਜਿਵੇਂ ਆਪਣਾ ਹੋ ਗਿਆ ਤੁਹਾਡਾ ਹਲਦੀ ਦਾ, ਹਲਦੀ ਕਾਮਨ ਜਿਹੀ ਚੀਜ਼ ਆ, ਆਪਾਂ ਖਾਣੇ 'ਚ ਵੀ ਯੂਜ਼ ਕਰਦੇ ਹਾਂ, ਨੋਰਮਲੀ ਵਰਤਦੇ ਹਾਂ। ਚੋਟ ਲੱਗ ਗਈ, ਅੰਦਰੂਨੀ ਕੋਈ ਚੋਟ ਲੱਗੀ, ਬਾਹਰ ਦੀ ਚੋਟ ਲੱਗੀ, ਆਪਾਂ ਉੱਤੇ ਵੀ ਲਾ ਲੈਂਦੇ ਹਾਂ, ਪੀ ਵੀ ਲੈਂਦੇ ਹਾਂ, ਦੁੱਧ 'ਚ ਵੀ ਪੀ ਲੈਂਦੇ ਹਾਂ, ਬਟ ਇਹ ਜਿਹੜੀ ਹੈ ਇਹ ਨੈਚੁਰਲ ਆ। ਨੈਚੁਰਲ ਮੀਨਸ ਕਿ ਜਿੰਨੀ ਵੀ ਤਾਜ਼ਾ ਹਲਦੀ ਹੁੰਦੀ ਹੈ ਉਹਦਾ ਐਕਸਟਰੈਕਟ ਸਾਫ਼ ਕਰਕੇ ਉਹਦਾ ਅਰਕ ਕੱਢ ਕੇ ਤਾਂ ਬਣਦਾ। ਹੁਣ ਇਹਦਾ ਕੀ ਹੈ ਕਿ ਇਹ ਲੀਵਰ ਨੂੰ ਸਾਫ਼ ਕਰਦੇ ਆ, ਕਿਡਨੀ ਨੂੰ ਪੋਜ਼ੀਟਿਵ ਸਟਰੋਂਗ ਕਰਦਾ, ਨਾਲੇ ਫਿਰ ਜਿਵੇਂ ਆਪਣਾ ਹੋ ਗਿਆ ਨੀਮ ਜਾਮੁਨ ਕਰੇਲਾ, ਇਹ ਨੋਰਮਲ ਆਈਟਮ ਆ ਜਿਹੜਾ ਆਪਾਂ ਖਾਣੇ 'ਚ ਯੂਜ਼ ਕਰਦੇ ਹਾਂ। ਨੀਮ ਆਪਾਂ ਖਾਂਦੇ ਹਾਂ ਜਿਵੇਂ ਸਕਿਨ ਪ੍ਰੋਬਲਮ ਹੋ ਗਈ, ਆਪਾਂ ਨੀਮ ਤੋੜ ਕੇ ਖਾ ਲੈਂਦੇ ਸੀ, ਉਹੀ ਚੀਜ਼ ਹੈ। ਜਾਮੁਨ ਹੋ ਗਿਆ, ਮਤਲਬ ਪਹਿਲੇ ਉਹਨਾਂ ਦੇ ਇਹ ਅਸਰ ਨੇ ਅਰਕ ਕੱਢੇ ਹੋਏ ਨੇ, ਪਸੋਦੇ ਹੋਏ ਨੇ। ਜਿੰਨੀ ਵੀ ਪੁਰਾਣੀ ਟ੍ਰੈਡੀਸ਼ਨ ਸੀ, ਪੁਰਾਣੇ ਜਿੰਨਾ ਵੀ ਇਲਾਜ ਸੀ, ਸਾਰਿਆਂ ਦਾ ਮੁੱਖਿਆ ਕਰਦੇ ਤਾਂ ਫਿਰ ਆਪਾਂ ਇਹ ਚੀਜ਼ਾਂ ਯੂਜ਼ ਕੀਤੀਆਂ ਨੇ। ਹੁਣ ਜਿਵੇਂ ਆਪਣਾ ਇਹ ਹੋ ਗਿਆ ਐਲਐਫਟੀ, ਇਹ 'ਚ ਕੀ ਆ ਕਿ ਜਿੰਨੀ ਵੀ ਲੀਵਰ ਨੂੰ ਲੋੜ ਪੈਂਦੀ ਹੈ, ਜਿੰਨੇ ਵੀ ਟੋਕਸਿਨ ਆਉਂਦੇ ਨੇ, ਜਿਵੇਂ ਪਾਣੀ 'ਚੋਂ ਟੋਕਸਿਨ ਆਉਂਦੇ ਨੇ, ਆਪਣੇ ਡਾਇਟ 'ਚੋਂ ਟੋਕਸਿਨ ਆਉਂਦੇ, ਕਿਉਂਕਿ ਲਾਈਫ ਸਟਾਈਲ ਆਪਣਾ ਇਵੇਂ ਦਾ ਹੋ ਗਿਆ ਕਿ ਕੋਈ ਵੀ ਚੀਜ਼ ਪਿਓਰ ਨਹੀਂ ਰਹੀ, ਅਤੇ ਲੀਵਰ ਨੂੰ ਸਟਰੋਂਗ ਕਰਨ ਲਈ ਫਿਰ ਆਇਆ ਸੀ ਸਪਲੀਮੈਂਟਸ ਤਿਆਰ ਕਰਦੇ। ਲੀਵਰ ਸਟਰੋਂਗ ਹੋਏਗਾ ਕੋਈ ਬਿਮਾਰੀ ਲੱਗੇਗੀ ਨਹੀਂ, ਅਤੇ ਨਾਲੇ ਜੇ ਬਾਈ ਚਾਂਸ ਕੋਈ ਬਿਮਾਰੀ ਲੱਗੇਗੀ ਜਿਵੇਂ ਹੈਪੇਟਾਈਟਸ ਹੋ ਗਿਆ, ਪੀਲੀਆ ਹੋ ਗਿਆ, ਨਾਲੇ ਜਾਂ ਕੋਈ ਹੋਰ ਪ੍ਰੋਬਲਮ ਆ ਜਾਵੇ ਬੱਚੇ ਦੀ, ਅਤੇ ਨਾਲੇ ਨਾਲ ਹੋ ਰਹੀ ਆਪਣਾ ਇਹ ਹੋ ਗਿਆ ਆਪਣਾ ਗਿਲੋਏ ਦੀ ਰੋਟੀ, ਜਿਵੇਂ ਜਿਵੇਂ ਬੁਖਾਰ ਹੋ ਜਾਂਦਾ ਹੈ, ਅਤੇ ਨਾਲੇ ਜਿਵੇਂ ਹੁਣ ਕੋਵਿਡ ਦਾ ਸੀਜ਼ਨ ਸਾਰਿਆਂ ਦਾ ਨਿਕਲ ਹੀ ਗਿਆ, ਲੋਕਾਂ ਨੂੰ ਬੁਖਾਰ ਹੁੰਦੇ ਰਹੇ, ਬੜੀ ਜ਼ਰੂਰੀ ਸੀ ਜਿਵੇਂ ਕਿ ਇਮਿਊਨਿਟੀ ਨੂੰ ਸਟਰੋਂਗ ਕਰਦਾ ਸੀ ਆਪਣਾ ਗਿਲੋਏ ਦਾ ਅਰਕ ਵੀ ਹੈ। ਗਿਲੋਏ ਦਾ ਅਰਕ ਹੀ ਹੈ ਜੀ? ਹਾਂਜੀ, ਇਹ ਗਿਲੋਏ ਦਾ ਮੇਨ ਜਿਹੜਾ ਸੱਤ ਆ,
ਸੱਤ ਨੂੰ ਸੁਕਾ ਕੇ ਤਾਂ ਫਿਰ ਗੋਲੀਆਂ ਵੜਦੀਆਂ ਨੇ। ਕਈ ਲੋਕਾਂ ਨੂੰ ਗੋਲੀਆਂ ਸੂਟ ਕਰਦੀਆਂ ਨੇ, ਕਈ ਲੋਕਾਂ ਨੂੰ ਲਿਕੁਇਡ ਹੈ, ਆਪਣੇ ਕੋਲ ਲਿਕੁਇਡ ਹੈ। ਅਤੇ ਇਹਦੇ ਇਲਾਵਾ ਆਪਣੇ ਕੋਲ ਇਹ ਹੈਗਾ ਸਟਮੈਂਥਾ 9 ਕਰਕੇ, ਪੇਟ ਦੇ ਜਿੰਨੀ ਵੀ ਰੋਗ ਆ, ਪੇਟ ਦਰਦ ਹੋ ਗਿਆ, ਲੂਜ਼ ਮੋਸ਼ਨ ਹੋ ਗਏ, ਧੁੱਪ ਗਰਮੀ ਕਰਕੇ ਬੰਦੇ ਨੂੰ ਬਦਹਜ਼ਮੀ ਹੋ ਜਾਂਦੀ ਹੈ, ਹਰ ਚੀਜ਼ 'ਚ ਕਾਰਗਰ ਆ ਸਕਦਾ ਹੈ। ਉਹ ਤੋਂ ਇਲਾਵਾ ਜਿੰਨੀ ਵੀ ਸਰੀਰਕ ਕਮਜ਼ੋਰੀ ਆਉਂਦੀ ਹੈ, ਜਿਵੇਂ ਆਪਣਾ ਡੇਲੀ ਦਾ ਹੁਣ ਕਈ ਲੋਕਾਂ ਨੂੰ ਖਾਣ ਪੀਣ ਚੰਗਾ ਨਹੀਂ ਮਿਲਦਾ, ਹੱਡੀਆਂ ਕਮਜ਼ੋਰ ਹੋ ਜਾਂਦੇ ਨੇ, ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੇ ਨੇ, ਉਹਦੇ ਸਭ ਨੂੰ ਫਿਰ ਆਪਾਂ ਐਨੀ 24 ਆ। ਅਤੇ ਹੱਡੀਆਂ ਦੀ ਕਮਜ਼ੋਰੀ ਲਈ ਖਾਸ ਕਰਕੇ ਆਪਣਾ ਖਾਲਸਾ 27,000 ਹੈ, ਇਹ 'ਚ ਜਿੰਨੀ ਵੀ ਵਾਈਟਾਮਿਨ D3 ਸਾਨੂੰ ਪੂਰੇ ਦਿਨ 'ਚ ਚਾਹੀਦੀ ਹੁੰਦੀ ਹੈ ਉਹ ਮਿਲਦੀ ਹੈ। ਅਤੇ ਨਾਲੇ ਹੋਰ ਵੀ ਆਯੁਰਵੈਦਿਕ ਪ੍ਰੋਡਕਟ ਨੇ, ਆਯੁਰਵੈਦਿਕ ਜੜੀਆਂ ਨੇ ਜਿਹੜੀਆਂ ਇਹਦੇ ਨਾਲ ਨਾਲ ਕੰਮ ਕਰਦੀਆਂ ਨੇ। ਅਤੇ ਨਾਲੇ ਹੋਰ ਵੀ ਆਪਣੇ ਬਹੁਤ ਸਾਰੇ ਪ੍ਰੋਡਕਟ ਹੈਗੇ ਆ, ਅਸ਼ਵਗੰਧਾ, ਸ਼ਤਾਵਰੀ ਹੈਗੀ ਆ, ਆਮਲਾ ਹੈਗਾ, ਇਹ ਬਾਬੂ ਜੀ ਆਪਣਾ ਖਾਲਸਾ ਕੰਮ। ਜਿਵੇਂ ਇਹਨਾਂ ਦਿਨਾਂ 'ਚ ਕੀ ਹੁੰਦਾ ਸੀ ਕਿ ਲੋਕਾਂ ਦਾ ਬਲਗਮ ਜੰਮ ਜਾਂਦਾ ਸੀ, ਸਾਹ ਆਉਣੀ ਔਖੀ ਹੋ ਜਾਂਦੀ ਸੀ। ਇਹਦੇ ਨਾਲ ਕੀ ਹੈ ਕਿ ਜਿੰਨਾ ਵੀ ਬਲਗਮ ਜੰਮਿਆ ਹੋਇਆ ਹੁੰਦਾ ਉਹ ਬਾਥਰੂਮ ਦੇ ਰਾਹੀਂ, ਲੈਟਰਿਨ ਦੇ ਰਾਹੀਂ ਸਰੀਰ 'ਚ ਨਿਕਲ ਜਾਂਦੀ ਸੀ, ਲੰਗ ਸਾਫ਼ ਹੋ ਜਾਂਦੀ ਸੀ, ਸਾਹ ਸੌਖਾ ਹੁੰਦਾ ਸੀ। ਅਤੇ ਨਾਲੇ ਨਾਲ ਆਪਣੇ ਇਹ ਮੈਡੀਸਨ ਸੀਗੇ, ਨਾਲੇ ਆਯੂਸ਼ ਕਵਾਤ ਹੈਗਾ, ਸਰੀਰ ਨੂੰ ਜਿੰਨੀ ਵੀ ਬਿਮਾਰੀਆਂ ਨੇ, ਬਿਮਾਰੀਆਂ ਜਿਵੇਂ ਆਪਣਾ ਹੋ ਗਿਆ ਸੀਜ਼ਨਲ ਫੀਵਰ ਹੋ ਗਿਆ, ਟਾਈਫਾਇਡ ਹੋ ਗਿਆ, ਮਲੇਰੀਆ ਹੋ ਗਿਆ, ਡੈਂਗੀ ਹੋ ਗਿਆ, ਉਹਦੇ ਅਕੋਰਡਿੰਗ ਸਾਰੀ ਫੀਵਰਾਂ ਨੂੰ ਬਚਾਉਣ ਲਈ ਆਪਣਾ ਆਯੂਸ਼ ਕਵਾਤ ਹੈਗਾ, ਟੈਬਲੇਟ ਹੈਗਾ, ਨਾਲ ਦੇ ਨਾਲ ਦੇ ਸਕਦੇ। ਇੱਕ ਪੇਸ਼ੈਂਟ ਵੀ ਲੈ ਸਕਦਾ, ਇੱਕ ਸਵਸਥ ਬੰਦਾ ਵੀ ਲੈ ਸਕਦਾ, ਐ ਨਹੀਂ ਕਿ ਜਸ ਜਿੰਨੀ ਬਿਮਾਰੀ ਹੋਵੇ ਉਹ ਵੀ ਲੈ ਸਕਦਾ, ਸਵਸਥ ਬੰਦਾ ਵੀ ਲੈ ਕੇ ਆਪਣੇ ਆਪਣੀ ਬਿਮਾਰੀ। ਦਸਮ ਇਹ ਜਿਹੜੀ ਮੈਡੀਸਨ ਆਪਣੀ ਸਾਰੀ ਅਰਕਿਆ ਜੂਸ ਹੀ ਆਪਾਂ ਕਹਿ ਲੈਂਦੇ ਹਾਂ, ਇਹ ਬੱਚਾ ਵੀ ਲੈ ਸਕਦਾ? ਹਾਂਜੀ, ਮੈਂ ਉਹੀ ਕਹਿ ਰਿਹਾ, ਇੱਕ ਸਵਸਥ ਬੰਦਾ ਵੀ ਲੈ ਸਕਦਾ, ਇੱਕ ਬਿਮਾਰ ਬੰਦਾ ਵੀ ਲੈ ਸਕਦਾ। ਸਵਸਥ ਬੰਦਾ ਤਾਂ ਲਵੇ ਕਿ ਉਹਨੂੰ ਬਿਮਾਰੀ ਨਾ ਆਵੇ, ਬਿਮਾਰ ਬੰਦਾ ਤਾਂ ਲਵੇ ਜਿਹੜੀ ਬਣੀ ਹੋਈ ਹੁੰਦੀ। ਮੈਂ ਕਹਿੰਦਾ ਬੱਚਾ ਛੋਟਾ? ਹਾਂਜੀ, ਉਹ ਕੁਆਂਟੀਟੀ 'ਤੇ ਡਿਪੈਂਡ ਕਰਦੇ ਆ, ਜਿਵੇਂ ਆਪਣੇ ਇੱਥੇ ਪਿੱਛੇ ਲਿਖਿਆ ਹੋਇਆ, ਤੁਸੀਂ ਪ੍ਰੋਪਰ ਤਰੀਕੇ ਨਾਲ ਦੇਖੋਗੇ। ਇੱਕ ਜਿਹੜਾ ਅਡਲਟ ਹੈਗਾ 10 to 15 to 20 ਐਮ ਐਲ ਟਵਾਈਸ ਪਰ ਡੇ, ਬਟ ਡਾਇਰੈਕਟਡ ਬਾਏ ਫਿਜੀਸ਼ੀਅਨ, ਜਿਹੜਾ ਬੰਦਾ ਉਹਨੂੰ ਕਹੇ ਕਿ ਹਾਂ ਤੁਹਾਡੇ ਲਈ ਇੰਨਾ ਤੁਹਾਡਾ ਸਰੀਰ ਬਰਦਾਸ਼ਤ ਕਰ ਸਕਦਾ ਲੈ ਸਕਦੇ। ਇੱਕ ਛੋਟੇ ਬੱਚੇ ਵਾਸਤੇ 2 to 5 ਐਮ ਐਲ, ਵੀ ਛੋਟਾ ਚਮਚ ਹੁੰਦਾ, ਸਾਰਾ ਕੁਛ ਲਿਖਿਆ। ਕਿਸੇ ਵੀ ਪਰਸਨ ਨੂੰ ਇਹ ਪ੍ਰੋਬਲਮ ਨਹੀਂ ਹੈਗੀ ਕਿ ਕਿੱਦਾਂ ਲੈਣਾ, ਕਿੱਦਾਂ ਨਹੀਂ ਲੈਣਾ, ਉਸਦੇ ਅਕੋਰਡਿੰਗ ਉਹ ਆਪਣੇ ਆਪ ਨੂੰ ਵੀਨ ਆਊਟ ਕਰ ਸਕਦਾ ਹੈ ਇਸ ਹਿਸਾਬ ਨਾਲ। ਬਾਕੀ ਇਹ ਜਿਹੜੀ ਮੇਨ ਅੱਜ ਕੱਲ੍ਹ ਦੀ ਨੀਡ ਆ, ਅੱਜ ਕੱਲ੍ਹ ਦੀ ਜ਼ਰੂਰਤ ਆ, ਕਿਉਂਕਿ ਲੋਕਾਂ ਦੀ ਕਿਡਨੀ ਡਾਇਲਿਸਿਸ 'ਤੇ ਲੋਕ ਚੱਲ ਰਹੇ ਨੇ, ਲੀਵਰ 'ਤੇ ਕੈਂਸਰ ਆ ਜਾਂਦਾ, ਮਤਲਬ ਬਹੁਤ ਸਾਰੀ ਪ੍ਰੋਬਲਮਸ ਆਉਂਦੀਆਂ। ਉਹ ਪ੍ਰੋਬਲਮਸ ਨਾ ਆਵੇ ਉਹਦੇ ਕਰਕੇ ਆਪਣਾ ਇੱਕ ਜੂਸ ਹੈਗਾ, ਆਪਾਂ ਮਾਰ ਕਰਕੇ, ਆਪਾਂ ਮਾਰ ਦੀ ਜੜ ਹੋ ਗਈ, ਆਪਾਂ ਮਾਰ ਦੇ ਫੁੱਲ ਹੋ ਗਏ, ਆਪਾਂ ਮਾਰ ਦੇ ਪੱਤੇ ਹੋ ਗਏ, ਉਹਦਾ ਰਸ ਕੱਢ ਕੇ ਤਾਂ ਫਿਰ ਉਹ ਜੂਸ ਲੈ, ਤਾਂ ਕਿ ਜਿੰਨੀਆਂ ਵੀ ਬਿਮਾਰੀਆਂ ਬਾਈ ਚਾਂਸ ਬਣਨ ਲੱਗੀਆਂ ਨੇ। ਹੁਣ ਅੱਜ ਕੱਲ੍ਹ ਆਪ ਜੀ ਉਹਨਾਂ ਨੇ ਸੁਣਿਆ ਹੈਗਾ ਕਿ ਲੋਕਾਂ ਨੂੰ ਪੱਤਰੀਆਂ ਪੜ ਰਹੀਆਂ ਨੇ, ਬਿਲਕੁਲ, ਛੋਟੇ ਛੋਟੇ ਬੱਚਿਆਂ ਨੂੰ ਪੜ ਰਹੀਆਂ ਨੇ। ਕਾਰਨ ਕੀ ਹੈ ਕਿ ਕਿਡਨੀ ਵੀਕ ਹੋ ਗਈ ਹੈ, ਉਹਨੂੰ ਪ੍ਰੋਪਰ ਤਾਕਤ ਨਹੀਂ ਮਿਲ ਰਹੀ, ਤਾਕਤ ਮਿਲਣ ਲਈ ਇਹ ਫਿਰ ਆਪਣਾ ਜੂਸ ਜੋ ਆਪਾਂ ਨਾਲ ਦੇ ਨਾਲ ਦਿੰਦੇ ਹਾਂ। ਉਹਦੇ ਇਲਾਵਾ ਜਿਵੇਂ ਪੇਟ ਦੇ ਰੋਗ ਹੋ ਗਏ, ਆਪਣੇ ਪੁਰਾਣੇ ਟਾਈਮ 'ਚ ਲੋਕ ਤ੍ਰਿਫਲਾ ਲੈਂਦੇ ਸੀ, ਮਹੀਨੇ 'ਚ 2 or 1 ਚਮਚ ਲੈ ਲੈਂਦੇ, ਪੇਟ ਸਾਫ਼ ਕਰ ਲੈਂਦੇ ਸੀ, ਪੇਟ ਦੇ ਰੋਗ ਨਹੀਂ ਹੁੰਦੇ ਸੀ। ਉਹਦੇ ਲਈ ਫਿਰ ਆਪਾਂ ਅਸੀਂ ਤ੍ਰਿਫਲਾ ਜੂਸ ਬਣਾਇਆ। ਜੂਸ ਦਾ ਕੀ ਹੈ ਕਿ ਇਸ ਲਈ ਇਨਟੇਕ ਹੋ ਜਾਂਦਾ, ਕਿਤੇ ਵੀ ਬੰਦਾ ਕੈਰੀ ਕਰ ਸਕਦਾ, ਪ੍ਰੋਬਲਮ ਨਹੀਂ ਹੁੰਦੀ। ਇੱਕ ਛੋਟੇ ਬੱਚੇ ਤੋਂ ਲੈ ਕੇ ਵੱਡਾ ਬੰਦਾ, ਇੱਕ ਬਜ਼ੁਰਗ ਬੰਦਾ ਵੀ ਆਰਾਮ ਨਾਲ ਲੈ ਸਕਦਾ। ਇਹਦੇ ਨਾਲ ਨਾਲ ਆਪਣੇ ਬਾਕੀ ਵੀ ਪ੍ਰੋਡਕਟਸ ਹੈਗੇ, ਤੁਲਸੀ ਦਾ ਹੈਗਾ, ਐਲੋਵੇਰਾ ਦਾ ਹੈਗਾ। ਮਤਲਬ ਸਵੇਰ ਸ਼ਾਮ ਕਿੰਨਾ ਕਿੰਨੀ ਡੋਜ਼, ਕਿੰਨੀ ਡੋਜ਼ ਜੀ? ਸਵੇਰ ਸ਼ਾਮ ਨਹੀਂ, ਕਿੰਨਾ ਡੋਜ਼? ਜਿਵੇਂ ਇੱਕ ਹੈਲਥੀ ਪਰਸਨ ਹੈ ਜਿਹਨੂੰ ਕੋਈ ਵੀ ਰੋਗ ਨਹੀਂ ਹੈ, ਉਹਦੇ ਅਕੋਰਡਿੰਗ ਜੇ ਹੈ ਕਿ 5 to 15 ਐਮ ਐਲ ਇੱਕ ਹੈਲਥੀ ਪਰਸਨ ਵਾਸਤੇ। ਜਿਵੇਂ ਆਪ ਜਾਣਾ ਚਾਹੁੰਦੇ ਹੋ ਕਿ ਮੇਰਾ ਪੇਟ ਜਿਹੜਾ ਹੈ ਲੌਂਗ ਟਾਈਮ ਅਸੀਂ ਸਾਫ਼ ਰਹੇ, ਸਟਰੋਂਗ ਰਹੇ, ਅਤੇ ਆਪਣਾ ਤੁਸੀਂ ਤ੍ਰਿਫਲਾ ਲੈ ਸਕਦੇ ਹੋ 5 ml ਸਵੇਰੇ, ਨਾਲੇ ਫਿਰ ਆਮਲਾ ਲੈ ਸਕਦੇ ਹੋ ਕਿ ਤਾਂ ਕਿ ਤੁਹਾਡਾ ਪੇਟ ਜਿਹੜਾ ਹੈ ਉਹਦੀ ਆਮਤਾ ਸਾਫ਼ ਰਹੇ। ਆਮਲਾ 5 ml ਲੈ ਸਕਦੇ ਹੋ, ਬਾਈ ਚਾਂਸ ਜਿਵੇਂ ਐਲੋਵੇਰਾ ਹੋ ਗਿਆ, ਇਹ ਲੀਵਰ ਨੂੰ ਨਾਲ ਦੇ ਨਾਲ ਤੁਹਾਡਾ ਸਟਰੋਂਗ ਕਰਦਾ ਰਹੇਗਾ। ਮਤਲਬ ਇੱਕ ਕਾਮਨ ਪਰਸਨ, ਹੈਲਥੀ ਪਰਸਨ ਜਿਹੜਾ ਹੈ 5 to 15 ਐਮ, ਇੱਕ ਬਿਮਾਰ ਪਰਸਨ ਜਿਹੜਾ ਹੈ ਉਹ 15 to 20 ਐਮ ਸਵੇਰ ਸ਼ਾਮ, ਰੋਜ਼ ਸਵੇਰ ਸ਼ਾਮ ਦੇ ਰਹੇਗੀ, ਕੋਈ ਦਿੱਕਤ ਨਹੀਂ, ਨਰਿਆ ਲੈ ਲਓ, ਕੋਈ ਦਿੱਕਤ ਨਹੀਂ, ਕੁਛ ਖਾ ਲਓ। ਇਵੇਂ ਦੀ ਸਾਰੀ ਮੈਡੀਸਨ ਹੈਗੀ ਆ। ਡਾਕਟਰ ਸਾਹਿਬ, ਤੁਸੀਂ ਕੋਈ ਇਹਦੇ ਬਾਰੇ ਜਾਣਕਾਰੀ ਲੈਣੀ? ਹਾਂਜੀ ਹਾਂਜੀ ਡਾਕਟਰ ਸਾਹਿਬ, ਬਹੁਤ ਸਿੰਘ ਸਾਹਿਬ ਜੀ ਵੱਲੋਂ ਸਾਡੀ ਬੜੀ ਸਤਿਕਾਰਤ ਹਸਤੀ ਹੈ। ਮੈਂ ਕਹਿੰਦਾ ਸਾਨੂੰ ਸਾਰਿਆਂ ਨੂੰ ਜਿੱਥੇ ਉਹਨਾਂ ਨੇ ਪੜਾਅ ਲਾਇਆ ਅਤੇ ਸਾਨੂੰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਕਿਉਂਕਿ ਮਹਾਤਮਾ ਨੇ ਮਹਾਂਪੁਰਖ ਨੇ ਸਾਨੂੰ ਗਾਈਡ ਕਰਤਾ, ਉਹ ਸਾਰੇ ਤੁਸੀਂ ਆਏ, ਉਹਨਾਂ ਨੇ ਇਸ ਕਰਕੇ ਲਾਈਵ ਬਾਰੇ ਵੀ ਜਾਣਕਾਰੀ ਸਮਾਗਮਾਂ 'ਤੇ ਦੇਣਗੇ ਉਹ,
ਪੀਰ ਜੀ ਤੁਹਾਡਾ ਬਹੁਤ ਸਤਿਕਾਰ ਬਹੁਤ ਇਹ ਵਧੀਆ ਗੱਲ ਹੈ ਜੀ। ਮਤਲਬ ਅਸੀਂ ਕੋਈ ਵੀ ਸਾਈਡ ਇਫੈਕਟ ਹਰ ਇੱਕ ਮੈਡੀਸਨ ਐਲੋਪੈਥੀ 'ਚ ਹੈ। ਹਾਂਜੀ ਇਹੋ ਜਿਹੀ ਚੀਜ਼ ਸਾਨੂੰ ਪੇਸ਼ੈਂਟਾਂ ਨੂੰ ਇਹ ਮਿਲੇ ਇਹਦੇ ਨਾਲ ਦੀ ਕੋਈ ਰੀਸ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।